ਸਾਧਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਚੂਹੇ ਦੇ ਕੱਟਣ ਕਾਰਨ ਮੰਤਰੀ ਦੀ ਹਾਲਤ ਵਿਗੜੀ ਕਰਾਇਆ ਗਿਆ ਹਸਪਤਾਲ ਚ ਦਾਖਲ ਬਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹੁਣ ਚੂਹੇ ਦੇ ਕੱਟਣ ਕਾਰਨ ਮੰਤਰੀ ਦੀ ਹਾਲਤ ਵਿਗੜਨ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰਾਪ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਖੇਤ ਮੰਤਰੀ ਗਰੀਸ਼ ਚੰਦਰ ਯਾਦਵ 2 ਦਿਨਾਂ ਦੇ ਦੌਰੇ ਤੇ ਬਾਂਦਾ ਐਤਵਾਰ ਨੂੰ ਪਹੁੰਚੇ ਸਨ ਉਹ ਦਿਨ ਐਤਵਾਰ ਦੀ ਰਾਤ ਨੂੰ ਉਹਨਾਂ ਨੂੰ ਰਾਤ ਦੇ ਸਮੇਂ ਠਹਿਰਨ ਵਾਸਤੇ ਬਾਈਪਾਸ ਸਥਿਤ ਸਰਕਟ ਹਾਊਸ ਦੇ ਕਮਰਾ ਨੰਬਰ 6 ਵਿੱਚ ਰੱਖਿਆ ਗਿਆ ਸੀ। ਹੋਤੀ ਜਦੋਂ ਰਾਤ ਦੇ ਸਮੇਂ ਸੋ ਰਹੇ ਸਨ ਤਾਂ ਸੌਂਦੇ ਹੋਏ ਕਿਸੇ ਜਾਨਵਰ ਵੱਲੋਂ ਉਹਨਾਂ ਦੇ ਸੱਜੇ ਹੱਥ ਦੀ ਉਂਗਲ ਉੱਪਰ ਕੱਡ ਦਿੱਤਾ ਗਿਆ। ਜਿੱਥੇ ਬੇਚੈਨੀ ਦੇ ਕਾਰਨ ਹਾਲਤ ਕਾਫੀ ਖਰਾਬ ਹੋ ਗਈ ਤੇ ਉਹਨਾਂ ਨੂੰ ਹਸਪਤਲ ਜਾਇਆ ਗਿਆ ਜਿੱਥੇ ਹਸਪਤਾਲ ਦੇ ਚੀਫ ਮੈਡੀਕਲ ਸੁਪਰਿੰਟੈਂਡੈਂਟ ਡਾਕਟਰ ਐਸ ਐਨ ਮਿਰਨਾ ਨੇ ਜਾਂਚ ਕੀਤੀ ਤੇ ਟੈਸਟਾਂ ਦੇ ਆਧਾਰ ਤੇ ਉਹਨਾਂ ਨੂੰ ਕਿਸੇ ਵੀ ਸੱਪ ਵੱਲੋਂ ਨਹੀਂ ਕੱਟਿਆ ਗਿਆ ਉਹਨਾਂ ਨੂੰ ਕਿਸੇ ਸੂਸ਼ੁੰਦਰ ਜਾਂ ਚੂਹੇ ਵੱਲੋਂ ਕੱਟਿਆ ਗਿਆ ਹੈ ਕਿਉਂਕਿ ਜਿੱਥੇ ਉਹ ਠਹਿਰੇ ਹੋਏ ਉੱਥੇ ਨਜ਼ਦੀਕ ਦੇ ਆਸ-ਪਾਸ ਜੰਗਲੀ ਏਰੀਆ ਹੋਣ ਕਾਰਨ ਇਹ ਸਭ ਕੁਝ ਹੋ ਸਕਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਠੀਕ ਹੋਣ ਤੇ मलम्मल पट्टी की गई ते इस घटना कारण जिथे उत्तर प्रदेश खेड मंत्री काफी परेशान नजर हैं खबर अंत तक देखण तो